ਸਸੇਗਾ ਜੀ, ਸਾਡੇ ਜੇ ਦਰਸ਼ਕ ਹੈ ਹਾਂ ਜੀ, ਉਹਨਾਂ ਨੂੰ ਇਹ ਦੱਸੋ ਕਿ ਕਿਵੇਂ ਆਪਾਂ ਮੱਝਾਂ ਨੂੰ ਪਾ ਸਕਦੇ ਹਾਂ, ਇੱਕ ਡੇਅਰੀ ਫਾਰਮ ਬਣਾ ਸਕਦੇ ਹਾਂ, ਉਸ ਦੇ ਬਿਜ਼ਨਸ ਨੂੰ ਕਿਵੇਂ ਕੀਤਾ ਜਾ ਸਕਦਾ। ਤੁਹਾਡਾ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਠੀਕ ਹੈ। ਤੁਹਾਡਾ ਕੀ ਨਾਮ ਹੈ ਜੀ, ਪਹਿਲੇ ਤਾਂ ਦੱਸੋ। ਸਾਡਾ ਨਾਮ ਪ੍ਰਕਾਸ਼ ਸਿੰਘ ਹੈ ਜੀ। ਇਹਨਾਂ ਦਾ ਨਾਮ ਪ੍ਰਕਾਸ਼ ਸਿੰਘ ਹੈ ਅਤੇ ਇਹਨਾਂ ਦਾ ਕਾਫੀ ਤਜਰਬਾ ਹੈ ਮੱਝਾਂ ਨੂੰ ਪਾਲਣ ਦਾ, ਉਹਨੇ ਵਿੱਚੋਂ ਬਿਜ਼ਨਸ ਕਰਨ ਦਾ। ਦੱਸੋ ਜੀ, ਸਾਡੇ ਇਹਨਾਂ ਨੂੰ ਦਾਣਾ ਵੀ ਚਾਹੀਦਾ, ਖਲ ਵੀ ਚਾਹੀਦੀ ਹੈ, ਅੱਛਾ ਠੀਕ ਹੈ ਨਹੀਂ, ਠੀਕ ਹੈ, ਬਾਕੀ ਸੂੰਹ ਵੀ ਚਾਹੀਦੀ ਹੈ, ਅੱਛਾ, ਫਿਰ ਵਿੱਚ ਨੂੰ ਗੁੜ ਦੀ ਵੀ ਰੋੜੀ ਚਾਹੀਦੀ ਹੈ। ਸੂੰਹ ਮਤਲਬ ਕਿ ਕਿੰਨਾ ਕੁ ਪੈਸਾ ਲੱਗ ਸਕਦਾ ਹੈ? ਮੰਨ ਲਓ ਕਿ ਮੈਨੂੰ 5-6 ਮੱਝਾਂ ਪਾਲਣੀਆਂ ਹੋਣ। 5-6 ਮੱਝਾਂ ਦਾ ਜੀ ਬਹੁਤ ਪੈਸੇ ਕਰਦੇ। ਮਤਲਬ ਕਿ ਕਿੱਥੋਂ, ਕਿੰਨੇ ਤੋਂ ਪਹਿਲੇ, ਇੱਕ ਮੱਝ ਤੋਂ ਸਟਾਰਟ ਕਰੀਏ? ਇੱਕ ਮੱਝ ਜੀ 50 ਤੋਂ ਉੱਪਰ ਉੱਪਰ ਆਉਂਦਾ, ਮਤਲਬ ਹੁਣ 50,000 ਤੋਂ ਉੱਤੇ ਉੱਤੇ। ਪਹਿਲੇ ਵਕਤ ਹੁੰਦਾ ਸੀ ਕਿ 10-12,000 ਦੀ ਮਿਲ ਜਾਂਦੀ, 10-12,000 ਹੁਣ ਮਤਲਬ ਕਿ ਨਹੀਂ ਮਿਲਦੀ, 50,000 ਤੋਂ ਹੈ। 50 ਤੋਂ ਚਲੋ ਆਪਾਂ ਨੇ ਲਗਾਤਾਰ 50,000 ਦੀ ਇੱਕ ਮੱਝ ਆਉਂਦੀ, ਕਿਆ ਇੱਕ ਮੱਝ ਨੂੰ ਪਾਲ ਕੇ ਕੋਈ ਫਾਇਦਾ ਹੈ? ਇੱਕ ਤਾਂ ਫਿਰ ਘਰ 'ਚ ਖਰਚਾ ਆ ਜਾਂਦਾ, ਦੇਖੋ ਕਾ ਇਦਾਂ ਹੀ ਖਰਚਾ। ਆਪਾਂ ਘੱਟੋ ਘੱਟ ਲਾਈਏ ਤਾਂ ਪੈਸੇ ਇੱਥੇ 2 ਲੱਖ ਲਾਈਏ, 4 ਮੱਝਾਂ ਬੰਨੀਆਂ, 4 ਮੱਝਾਂ ਬੰਨੋ, ਤੋ 4 ਮੱਝਾਂ ਦੇ ਵਿੱਚ ਆਪਾਂ ਨੂੰ ਲੱਗੇਗਾ 2 ਲੱਖ ਹੈਗਾ। ਚਲ ਆਪਾਂ ਲਾਤਾ 2 ਲੱਖ, ਉਸ ਤੋਂ ਬਾਅਦ ਸਭ ਤੋਂ ਬਿਨਾਂ ਗਣ 2.5 ਗਣ, ਮਤਲਬ ਕਿ 2.5 ਲੱਖ ਲਾਤਾ, 5 ਮੱਝਾਂ ਲਾਤੀਆਂ, ਠੀਕ ਹੈ, 2 ਲੱਖ ਰੁਪਇਆ ਖਰਚਾ ਆ ਗਿਆ। ਹਾਂ, ਉਸ ਤੋਂ ਬਾਅਦ ਉਸ ਤੋਂ ਤੇ ਉਹਨੂੰ ਪਾਲਣ ਵਾਸਤੇ ਇੱਕ ਬੰਦਾ ਚਾਹੀਦਾ ਹੈ, ਬੰਦਾ ਵੀ ਜ਼ਰੂਰੀ ਹੈ। ਕਿੰਨਾ ਕਿੰਨਾ ਬੰਦਾ ਕਿੰਨਾ ਲੈ ਲੇਗਾ? ਮੈਨੇ ਚੰਗਾ ਬੰਦਾ, ਇਹ ਨਹੀਂ ਕਿ ਕੋਈ ਬੱਚੇ ਨੂੰ ਲਾਤਾ ਘਰ ਨੂੰ ਭੱਜੇ, ਨਾ ਨਾ ਨਾ, ਬੰਦੇ ਦਾ ਕੰਮ ਆ, ਬੰਦੇ ਦਾ ਕੰਮ ਹੈ, ਟੋਕਾ ਵੀ ਕਰਨਾ। ਕਿੰਨਾ 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 ਖਰਚਾ ਆ ਜਾਏਗਾ ਮਹੀਨੇ ਦਾ? ਮਤਲਬ ਕੀ ਹੈ, ਲਗਭਗ 10,000 ਤੋਂ ਘੱਟ ਤਾਂ ਆਉਂਦਾ ਨਹੀਂ ਯਾਰ, ਦੇਖੋ ਅੱਜ ਬਹੁਤ ਮਜਬੂਰੀਆਂ, ਪਰ 10,000 ਰੁਪਇਆ ਉਹਨੂੰ ਚਾਹੀਦਾ ਚਾਹੀਦਾ, ਠੀਕ ਹੈ। ਤਾਂ ਉਹ ਜਿਹੜੀਆਂ ਮਤਲਬ ਕਿ ਆਪਾਂ 5 ਮੱਝਾਂ ਉਹ ਸੰਭਾਲ ਲੇਗਾ 10,000 ਵਿੱਚ, ਕਿਉਂਕਿ ਉੱਥੇ 24 ਘੰਟੇ ਡਿਊਟੀ ਹੈ, ਮੱਝਾਂ ਨਾਲ ਸੰਭਾਲ ਲੂਗਾ, ਹਾਂ ਮੱਝਾਂ ਨਾਲ ਸੰਭਾਲ ਲੂਗਾ, ਠੀਕ ਹੈ। ਕਿਉਂ ਟੋਕਾ ਵੀ ਕਰਨਾ, ਕੱਖ ਵੀ ਬੰਨਣੇ ਹੈ, ਕਿੰਨੇ ਘੰਟੇ ਡਿਊਟੀ, 8 ਘੰਟੇ ਲੱਗ ਜਾਏਗੀ, 8 ਘੰਟੇ ਮਤਲਬ ਸਵੇਰੇ 4 ਘੰਟੇ, ਸ਼ਾਮ ਨੂੰ 4 ਘੰਟੇ, ਸਵੇਰ ਤੋਂ ਲੈ ਕੇ ਉਹਦਾ ਸਾਰਾ ਦਿਨ ਮੱਝਾਂ ਪਾ ਜਾਏਗਾ। ਦਿਲ ਹੈ 24 ਘੰਟੇ ਉਹਨੂੰ ਰੱਖ ਕੇ, ਇਹ ਨਾ ਹੋਏ ਕਿ ਉਹ ਕੱਚਾ ਹੋਏ ਭੱਜੇ ਤੇ ਪਹਿਲੇ ਆਪਾਂ ਪੈਸੇ 2.5 ਲੱਖ ਡੁਬਾ ਦਈਏ, ਪਹਿਲੇ ਉਹਨੂੰ ਆਪਣੇ ਬੰਦੇ ਨੂੰ ਪੱਕਾ ਕਰੋ ਕਿ ਮੇਰੇ ਕੋਲ ਤੂੰ ਕੰਮ ਕਰ ਸਕਦਾ ਹੈ, ਬਿਲਕੁਲ, ਮੈਂ ਤੈਨੂੰ 10,000 ਦਿੰਦਾ, ਕਿਆ 24 ਘੰਟੇ ਤੂੰ ਕੰਮ ਕਰ ਸਕਦਾ ਹੈ, ਤਾਂ ਅੱਗੇ ਆਪਾਂ ਕੰਮ ਸ਼ੁਰੂ ਕਰੀਏ। ਅੱਛਾ, 24 ਘੰਟੇ ਦਾ ਘਰ ਲੋੜ ਨਹੀਂ ਆ ਉੱਥੇ, ਮੀਨਸ ਤਾਂ ਸੁਣੀ ਆ, ਹਾਂ, ਜਾਨੀ ਇਹ ਆ ਵੀ ਮਾਰਦੇ ਕੋਲ ਤਾਂ ਇਹ ਹੈ ਕਿ ਨਾ, ਮੰਨ ਲੈ ਜਿਵੇਂ ਮੱਝਾਂ ਨੂੰ ਸਵੇਰੇ ਮਤਲਬ 11 12 ਵਜੇ ਛੱਡਤਾ ਉਸਨੇ, ਕਾਕੂ ਪਾਤਾ, ਉਸ ਤੋਂ ਬਾਅਦ 3-4 ਘੰਟੇ ਤੂੰ ਘੁੰਮ ਲੈ ਘਰ, ਹੋਆ ਘੁੰਮਿਆ ਨਹੀਂ ਜਾਂਦਾ, ਅੱਛਾ ਘੁੰਮਣੇ ਤੋਂ 9 ਵਰਕੇ ਪੜ ਦੋ, ਅੱਛਾ ਦੁੱਧ ਵਿਕਿਆ ਜਾ ਸਕਦਾ ਇਸ 5 ਮੱਝਾਂ, ਕਿੰਨਾ ਦੁੱਧ ਆ ਸਕਦਾ? 5 ਮੱਝਾਂ ਦਾ 10-10 ਕਿਲੋ ਵਾਲੀ ਮੱਝਾਂ ਹੋਣ, 50 ਕਿਲੋ ਦੁੱਧ ਹੋਣ, 50 ਕਿਲੋ ਦੁੱਧ, ਕਿੰਨੀ ਕਮਾਈ ਹੋ ਸਕਦੀ ਹੈ ਮਹੀਨੇ ਦੀ 5 ਮੱਝਾਂ ਤੋਂ? 5 ਮੱਝਾਂ ਨੂੰ 50 ਰੁਪਏ ਕਿਲੋ ਦੁੱਧ ਪੈ ਰਿਹਾ, ਬਿਲਕੁਲ, ਬਸ 2500 ਦੁੱਧ ਹੋ ਗਿਆ, 2500 ਰੁਪਏ ਦਾ ਦੁੱਧ ਹੋ ਗਿਆ, ਹਾਂ 2500 ਦਾ ਨਹੀਂ ਤਾਂ 2000 ਦਾ ਰੱਖ, 2000 ਦੁੱਧ ਹੋ ਗਿਆ, ਠੀਕ ਹੈ, ਇੱਕ ਟਾਈਮ ਦਾ ਕਿ ਦੋ ਟਾਈਮ ਵਾਲਾ? ਨਾ ਜ਼ਿਆਦਾ ਹੋਏਗਾ, ਦੇਖਾ 5 ਮੱਝਾਂ ਤੇ ਇੱਕ ਮੱਝ ਦਿੰਦੀ ਹੈ 10 ਕਿਲੋ ਦੁੱਧ, ਤੇ 5 ਮੱਝਾਂ, 50 ਰੁਪਏ ਦੁੱਧ, 10 ਕਿਲੋ, 500 ਕਿੰਨਾ ਹੋ ਗਿਆ ਦੇਖੀ ਵੀਰ? 2500 ਰੁਪਏ, ਤੇ ਉਹ ਲੇਬਰ ਤਾਂ 10,000 ਲੱਗ ਰਹੀ ਹੈ, 2500 ਲੱਗ ਗਿਆ ਤੂੰ, ਹਾਂ ਤੂੰ 2000 ਗਿਣ, 2000 ਗਿਣ ਤਾਂ, ਠੀਕ ਹੈ, ਹਾਂ 2000 ਰੁਪਏ ਦਾ ਡੇਲੀ ਦੁੱਧ ਹੋ ਗਿਆ ਤੇਰਾ, ਹਾਂ ਠੀਕ ਹੈ ਉਹ ਇੱਕ ਮੱਝ ਦਾ ਕਿ 5 ਮੱਝ ਦਾ? 5 ਮੱਝ ਦਾ, 5 ਮੱਝਾਂ ਦਾ ਟੋਟਲ ਕਿੰਨਾ ਦੁੱਧ ਹੈ? 2000 ਦਾ, 2000 ਦਾ ਦੁੱਧ, ਠੀਕ ਹੈ, ਹਾਂ ਤੇ ਮਹੀਨੇ ਦਾ ਕਿੰਨਾ ਬਣਿਆ? ਇੱਕ ਦਿਨ ਦਾ 2000 ਹੈ, ਹਾਂਜੀ 2000, ਇੱਕ ਦਿਨ ਤਾਂ ਬਹੁਤ ਬਣ ਗਿਆ, ਇੱਕ 30 ਦਿਨ ਹੈ, 3 2 6 60,000 ਰੁਪਏ ਆ ਗਿਆ, 60,000 ਹੋ ਗਿਆ, ਠੀਕ ਹੈ, ਪਹਿਲਾਂ ਕਰਦਾ ਸੁਣ ਲਓ,
ਪੰਤਾਲੀ ਚੋਂ ਤੇਰਾ ਰੱਬ ਭਲਾ ਕਰੇ ਬਾਕੀ ਤਾਂ ਇਹ ਹੈ ਨਾ ਕਿ 15,000 ਰੁਪਇਆ ਮੈਂ ਸਾਰਾ ਖਰਚਾ ਰੱਖ ਲਓ ਦਾਣੇ ਦਾ ਦਾਣੇ ਦਾਣੇ ਕਾ ਦਾਣੇ ਬਾਬਾ ਠੀਕ ਆ ਬਾਕੀ ਰਹਿ ਗਿਆ 30,000 30,000 ਕਮਾਈ ਹੈ 30,000 ਬਚਿਆ ਨਾ ਹਾਂ 30,000 ਚ ਹੋਰ ਵੀ ਖਰਚੇ ਆ ਕੀ ਖਰਚੇ ਹੋਰ ਹੋਰ ਖਰਚੇ ਤਾਂ ਬਹੁਤ ਆ ਜੇ ਪਾਣੀ ਦਾ ਖਰਚਾ ਹੈ ਪਾਣੀ ਦਾ ਪ੍ਰਬੰਧ ਕਰੇਗਾ ਹਾਂ ਟੋਕੇ ਦੀ ਮਸ਼ੀਨ ਵੀ ਲਾਏਗਾ ਬਿਜਲੀ ਵੀ ਖਰਚਾ ਹੈ ਬਿਜਲੀ ਦਾ ਵੀ ਖਰਚਾ ਲਾਏਗਾ ਤਾਂ ਉਹਦੇ ਵਿੱਚ ਨੈਟ ਪ੍ਰੋਫਿਟ ਅਗਰ 5 ਮੱਝਾਂ ਚੋਂ ਆਪਾਂ ਨੂੰ ਤਾਂ ਵੀ 15,000 ਮੰਨ ਕੇ ਚੱਲਦੇ ਆ ਹੋਏਗਾ ਹਾਂ ਸਾਰੇ ਖਰਚੇ ਸੁੱਕੀ ਕਮਾਈ ਜਿਹੜੀ ਆਪਾਂ ਕਹਿੰਦੇ ਨਾਲ ਜੇ ਜੋ ਮੇਨ ਚੀਜ਼ ਹੈ ਸ਼ੁੱਧ ਦੁੱਧ ਮਿਲੇਗਾ ਹਾਂ ਮੱਝਾਂ ਦਾ ਹੈ 15,000 ਕਮਾਈ ਤੇ ਇੱਕੋ ਹੀ ਆਪਾਂ ਕਰਦੇ ਨੇ ਇੱਕ ਸਰਕਲ ਬਣ ਜੇ ਉਹ ਚੱਲੀ ਜਾਂਦਾ ਹੈ ਜਿਹੜਾ ਸਰਕਲ ਬਣ ਜੇ ਸਰਕਲ ਬਣਾਉਣਾ ਬੋਖਾ ਇੰਨੀ ਵਧੀਆ ਜਾਣਕਾਰੀ ਦੀ ਆ ਕਿ ਮੇਰੇ ਪਿੰਡ ਚ ਜਾ ਕੇ ਦੇਖਦਾ ਅੱਛਾ ਦੋ ਡਰਮ ਦੁੱਧ ਦੇ ਸ਼ਾਮ ਨੂੰ ਅੱਛਾ ਦੋ ਡਰਮ ਦੁੱਧ ਦੇ ਸਵੇਰੇ ਦੁੱਧ ਦੇ ਕੰਮ ਵਿੱਚੋਂ ਭਾਈ ਦੋ ਭਾਈ ਚਾਚੇ ਪੰਜ ਹੋ ਗਏ ਪੰਜ ਦੇ ਅੱਗੇ ਹੋ ਗਏ ਮੁੰਡੇ ਉਹਨਾਂ ਦੇ ਠੀਕ ਤੁਸੀਂ ਕਿਆ ਸੰਦੇਸ਼ ਦਿੰਦੇ ਹੋ ਕਿ ਇਹ ਕੰਮ ਕਰਨਾ ਚਾਹੀਦਾ ਅੱਗੇ ਵੱਧ ਕੇ ਆਪਾਂ ਨੂੰ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਇਸ ਪੈਸਾ ਲਾਣ ਤਾਂ ਹੀ ਲੋਕਾਂ ਦਾ ਰੁਜ਼ਗਾਰ ਵੀ ਵਧੇਗਾ ਤੇ ਕਮਾਈ ਵੀ ਬਹੁਤ ਵਧੀਆ ਹੋ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਮਿਲਾਵਟੀ ਦੁੱਧ ਤੋਂ ਆਪਾਂ ਲੋਕਾਂ ਨੂੰ ਚੰਗਾ ਦੁੱਧ ਦੇ ਸਕਦੇ ਹਾਂ ਚੰਗਾ ਕਿ ਅੱਜ ਕੱਲ੍ਹ ਬਜਾਜ ਮਿਲਾਵਟੀ ਬਹੁਤ ਹੈ ਪਾਣੀ ਪਾਇਆ ਕਿਆ ਕਰਿਆ ਠੀਕ ਹੈ ਉਹਦੇ ਚ ਨਾ ਪਾਊਡਰ ਦਾ ਪੈਕਟ ਮਾਰਿਆ ਠੀਕ ਹੈ ਇਹ ਨੀ ਪਤਾ ਬਾਈ ਕਾਹਦਾ ਪੈਕਟ ਪਾ ਕੇ ਉਹਨੂੰ ਮਤਲਬ ਦੁੱਧ ਵਧਾ ਦਿੱਤਾ ਦੁੱਧ ਵਧਾ ਦਿੱਤਾ ਮਤਲਬ ਕੁਆਂਟਿਟੀ ਵੱਧ ਗਈ ਹਾਂ ਦੁੱਧ ਹੋਏਗਾ 10 ਕਿਲੋ 20 ਕਿਲੋ ਬਣ ਗਿਆ 20 ਕਿਲੋ ਬਣ ਗਿਆ ਦੇਖੋ ਐਵੇਂ ਹੈ ਦੇਖੋ ਇਸਕਾ ਸ਼ੇਅਰ ਤਾਂ ਬਹੁਤ ਨੁਕਸਾਨ ਹੈ ਤੁਸੀਂ ਪ੍ਰਕਾਸ਼ ਸਿੰਘ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ